ਸਵਾਗਤ ਕਰਦਾ ਹਾਂ ਵੀਰਾਂ ਅਤੇ ਭੈਣਾਂ ਦਾ ਤੁਹਾਡੇ ਆਪਦੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ, ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਨਿਕਲੀ ਹੋਈ ਭਰਤੀਆਂ ਦੇ ਬਾਰੇ ਵਿੱਚ। ਪੂਰੀ ਡਿਟੇਲ 'ਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ। ਸਭ ਤੋਂ ਵਧੀਆ ਗੱਲ ਇਹ ਹੈ ਜੀ, 8ਵੀਂ, 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਵਾਲਿਆਂ ਲਈ ਅਲੱਗ ਅਲੱਗ ਭਰਤੀਆਂ ਜਿਹੜੀਆਂ ਨੇ ਆਊਟ ਹੋਈਆਂ ਨੇ ਜੀ। ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਵਿਦ ਓਫੀਸ਼ੀਅਲ ਨੋਟੀਫਿਕੇਸ਼ਨ। ਸੋ ਬਣੇ ਰਹੋ ਸਾਡੇ ਚੈਨਲ ਦੇ ਉੱਪਰ ਅਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਬਟਨ ਦਬਾਉਣਾ ਨਾ ਭੁੱਲਣਾ, ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ। ਅਤੇ ਦੱਸਣਾ ਚਾਹਾਂਗਾ ਇਸ ਤੋਂ ਇਲਾਵਾ ਹੋਰ ਕਈ ਭਰਤੀਆਂ ਜਿਹੜੀਆਂ ਨੇ ਉਹ ਆਊਟ ਹੋ ਚੁੱਕੀਆਂ ਨੇ ਜੀ, ਉਹਨਾਂ ਦੇ ਨੋਟੀਫਿਕੇਸ਼ਨ ਔਰ ਵੀਡੀਓਜ਼ ਬਣਾ ਕੇ ਆਪਣੇ ਯੂਟਿਊਬ ਚੈਨਲ 'ਤੇ ਪਾ ਚੁੱਕਾ ਹੈ। ਤੁਸੀਂ ਜਲਦੀ ਜਾ ਕੇ ਚੈੱਕ ਕਰ ਲਓ ਔਰ ਲੇਟੈਸਟ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਸਾਡੇ ਦੂਸਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਉਸਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਜੀ। ਅਤੇ ਚਲੋ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੀ, ਜਿਹੜੀਆਂ ਭਰਤੀਆਂ ਆਊਟ ਹੋਈਆਂ ਜੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਜਿਹੜੀਆਂ ਪੋਸਟਾਂ ਆਊਟ ਹੋਈਆਂ ਨੇ। ਸਭ ਤੋਂ ਪਹਿਲੀ ਪੋਸਟ ਹੈ ਜੀ ਕੰਪਿਊਟਰ ਓਪਰੇਟਰ ਦੀ, ਜਿਹੜੀ ਤੁਸੀਂ ਦੇਖ ਹੀ ਪਾ ਰਹੇ ਹੋ ਜੀ। ਇਹਦੇ ਵਿੱਚ ਦੋ ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ। ਇਹਦੇ ਵਿੱਚ ਗ੍ਰੈਜੂਏਸ਼ਨ ਵਾਲੇ ਪਲੱਸ ਕੰਪਿਊਟਰ ਸਰਟੀਫਿਕੇਟ ਜਿਨ੍ਹਾਂ ਕੋਲ ਹੈਗਾ ISO ਸਰਟੀਫਾਈਡ, ਉਹ ਅਪਲਾਈ ਕਰ ਸਕਦੇ ਨੇ। ਨੈਕਸਟ ਹੈਗਾ ਜੀ ਸੈਨੇਟਰੀ ਸੁਪਰਵਾਈਜ਼ਰ ਦੀ, 6 ਪੋਸਟਾਂ ਨੇ ਗ੍ਰੈਜੂਏਸ਼ਨ ਵਾਲੇ, ਕਿਸੇ ਵੀ ਸਟ੍ਰੀਮ ਵਿੱਚ ਜਿਨ੍ਹਾਂ ਨੇ ਕੀਤੀ ਹੋਈ ਉਹ ਅਪਲਾਈ ਕਰ ਸਕਦੇ ਨੇ। ਨੈਕਸਟ ਹੈਗਾ ਜੀ ਪੇਮੈਂਟ ਕਲੈਕਟਰ ਦੀਆਂ 7 ਪੋਸਟਾਂ ਨੇ ਟੋਟਲ, ਗ੍ਰੈਜੂਏਸ਼ਨ ਕਿਸੇ ਵੀ ਸਟ੍ਰੀਮ ਦੇ ਵਿੱਚ ਜਿਨ੍ਹਾਂ ਨੇ ਕੀਤੀ ਹੋਈ ਉਹ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਹੈਗਾ ਟਿੱਪਰ ਸੁਪਰਵਾਈਜ਼ਰ ਦੇ ਲਈ 2 ਪੋਸਟਾਂ ਨੇ, 10th 12th ਵਾਲੇ ਜਿਹੜੇ ਪਾਸ ਨੇ ਪੰਜਾਬੀ ਦੇ ਵਿੱਚ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। JCB ਓਪਰੇਟਰ ਵਿੱਚ 2 ਪੋਸਟਾਂ ਆਊਟ ਹੋਈਆਂ ਨੇ ਜੀ, ਇਹਦੇ ਵਿੱਚ ਤੁਹਾਡੇ ਕੋਲ ਵੈਲਿਡ ਜਿਹੜਾ ਓਪਰੇਟਰ ਲਾਇਸੈਂਸ ਹੋਣਾ ਚਾਹੀਦਾ, ਉਹ ਅਪਲਾਈ ਕਰ ਸਕਦੇ ਨੇ। ਨੈਕਸਟ ਹੈਗਾ ਜੀ ਟਿੱਪਰ ਡਰਾਈਵਰ ਦੀ, 28 ਪੋਸਟਾਂ, ਵੈਲਿਡ ਓਪਰੇਟਰ ਲਾਇਸੈਂਸ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਜੀ। ਨੈਕਸਟ ਹੈਗੀ ਹੈ ਜੀ ਸੈਨੇਟਰੀ ਵਰਕਰਸ ਦੀ, ਜਿਹਦੇ ਵਿੱਚ ਮਿਡਲ ਪਾਸ ਵਾਲੇ ਵੀ ਅਪਲਾਈ ਕਰ ਸਕਦੇ ਨੇ। ਇਹਦੇ ਵਿੱਚ ਟੋਟਲ 213 ਪੋਸਟ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਜੀ। ਇਸਦੇ ਵਿੱਚ 10th ਵਾਲੀ ਵੀ ਅਪਲਾਈ ਕਰ ਸਕਦੇ ਨੇ 8th ਬੇਸਿਸ ਦੇ ਉੱਪਰ, ਠੀਕ ਹੈ ਜੀ। ਸੋ ਇਸਦੇ ਵਿੱਚ ਨੈਕਸਟ ਅਸੀਂ ਗੱਲ ਕਰਦੇ ਹਾਂ ਉਮਰ ਹੱਦ ਦੀ, ਅਗਰ ਅਸੀਂ ਗੱਲ ਕਰੇ ਤਾਂ 25 ਤੋਂ ਲੈ ਕੇ 35 ਸਾਲ ਵਾਲੇ ਹੱਦ ਵਿੱਚ ਲਈ ਅਪਲਾਈ ਕਰ ਸਕਦੇ ਨੇ। ਇਹਦੇ ਵਿੱਚ ਤੁਹਾਡੇ ਜਿਹੜੇ ਟੈਸਟ ਦਿੱਤੇ ਜਾਣਗੇ, ਜਿਹਦੇ ਵਿੱਚ ਤੁਹਾਡੀ ਪੋਸਟ ਨੰਬਰ 1, 2, 3 ਅਤੇ 4 ਦੇ ਵਿੱਚ ਜਿਹੜਾ ਤੁਹਾਡਾ ਉਹ ਹੋਵੇਗਾ ਜੀ। ਲਿਖਤੀ ਟੈਸਟ ਲਈ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਲਈ ਉੱਪਰਲੇ 10 ਉਮੀਦਵਾਰਾਂ ਨੂੰ ਉਹਨਾਂ ਨੂੰ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਅਕੋਰਡਿੰਗਲੀ ਔਰ ਨੰਬਰਾਂ ਦੇ ਆਧਾਰ 'ਤੇ ਹੀ, ਮਤਲਬ ਮੈਰਿਟ ਲਿਸਟ ਦੇ ਅਕੋਰਡਿੰਗਲੀ ਚੁਣਿਆ ਜਾਵੇਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੇ ਜਿਹਨਾਂ ਦਾ ਟੈਸਟ ਹੋ ਜਾਏਗਾ, ਠੀਕ ਹੈ ਜੀ, ਉਹਨਾਂ ਦੇ ਦੁਆਰਾ ਲਿੱਤਾ ਜਾਏਗਾ। ਉਸ ਤੋਂ ਇਲਾਵਾ ਜਿਹੜੇ ਵੀ ਕਿ ਉਹਨਾਂ ਨੂੰ ਸੂਚਿਤ ਕੀਤਾ ਜਾਏਗਾ, ਇਨਫੋਰਮ ਕੀਤਾ ਜਾਏਗਾ ਉਹਨਾਂ ਦੀ ਵੈਬਸਾਈਟ ਦੇ ਥਰੂ ਕਿ ਜਿਹੜੇ ਜਿਹੜੇ ਸਿਲੈਕਸ਼ਨ ਹੋਣਗੀਆਂ ਜੀ, ਠੀਕ ਹੈ ਜੀ। ਜਿਹੜੇ ਵੀ ਕੈਂਡੀਡੇਟਸ ਨੇ ਉਹਨਾਂ ਨੇ ਆਪਣਾ ਨਾਮ, ਪਤਾ, ਠੀਕ ਹੈ ਜੀ, ਪੂਰਾ ਨਾਮ, ਠੀਕ ਹੈ ਜੀ, ਆਧਾਰ ਨੰਬਰ, ਮੋਬਾਈਲ ਨੰਬਰ ਅਤੇ ਤੁਹਾਡੀ ਕੁਆਲੀਫਿਕੇਸ਼ਨ, ਅਗਰ ਤੁਹਾਡਾ ਕੋਈ ਐਕਸਪੀਰੀਅੰਸ ਹੈ, ਪਲੱਸ ਤੁਹਾਡੀ ਡਿਟੇਲ, ਮਾਰਕਸ਼ੀਟ ਜਿਹੜੀਆਂ ਹੈਗੀਆਂ ਨੇ, ਜਨਮ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਜਿਹੜਾ ਰਿਕੁਆਇਰਡ ਹੈ ਅਗਰ, ਅਤੇ ਤੁਹਾਡੀ ਜਿਹੜੀ ਫਿਜ਼ੀਕਲ ਜਿਹੜੀ ਫਿਟਨੈਸ ਦਾ ਜਿਹੜਾ ਸਰਟੀਫਿਕੇਟ ਆ ਤੁਹਾਨੂੰ ਸਬਮਿਟ ਕਰਵਾਉਣਾ ਪਏਗਾ। ਇਸਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਜੀ ਇਹਦੇ ਜੋ ਤੁਸੀਂ ਟੈਸਟ ਲਈ ਆਉਂਗੇ ਤਾਂ ਉਹਦੇ ਲਈ ਤੁਸੀਂ COVID-19 ਦੇ ਜਿਹੜੀ ਇੰਸਟਰਕਸ਼ਨਸ ਨੇ ਉਹ ਫੋਲੋ ਜ਼ਰੂਰ ਕਰਨੀਆਂ ਨੇ, ਔਰ ਇਹਨਾਂ ਸਮੇਂ ਨੂੰ ਵਧਾਇਆ ਅਤੇ ਘਟਾਇਆ ਵੀ ਜਾ ਸਕਦਾ ਹੈ। ਉਹ ਤੁਹਾਡੇ ਵੱਲੋਂ ਜਿਹੜਾ ਹੈ ਉਹ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਟੀਮ ਵੱਲੋਂ, ਔਰ ਛਾਂਟੇ ਗਏ ਜਿਹੜੇ 10 ਉਮੀਦਵਾਰ ਹੋਣਗੇ ਜੀ ਉਹਨਾਂ ਦੇ ਨਤੀਜਾ ਜਿਹੜਾ ਵੈਬਸਾਈਟ ਇਹਨਾਂ ਨੇ ਦਿੱਤੀ ਗਈ ਵੈਬਸਾਈਟ ਦੇ ਉੱਪਰ ਦਿੱਤਾ ਜਾਵੇਗਾ ਜੀ, ਠੀਕ ਹੈ ਜੀ। ਔਰ ਦੱਸਣਾ ਚਾਹਾਂਗਾ ਜੀ ਦੀ ਲਾਸਟ ਡੇਟ ਜੇ ਅਪਲਾਈ ਕਰਨ ਦੀ ਹੈਗੀ ਹੈ ਜੀ, ਉਹ ਹੈਗੀ 18/9/2020 ਦੁਪਹਿਰ 3 ਵਜੇ ਤੱਕ ਜਿਹੜੇ ਇਹਨਾਂ ਦੇ ਅੰਬੋਰ ਦਫ਼ਤਰ ਦੇ ਵਿੱਚ ਤੁਸੀਂ ਦੇ ਸਕਦੇ ਹੋ, ਜੋ ਕਿ ਨਗਰ ਨਿਗਮ ਅੰਬੋਰ ਦਫ਼ਤਰ ਕਮਰਾ ਨੰਬਰ 12 ਦੇ ਵਿੱਚ ਤੁਸੀਂ ਜਮ੍ਹਾਂ ਕਰਵਾਉਣਾ ਹੈ ਜੀ। ਇਹ ਜਿਹੜੀ ਰਿਕਰੂਟਮੈਂਟ ਤੁਹਾਨੂੰ ਮੈਂ ਦੱਸੀ ਹੈ ਜੀ, ਇਹ ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦੇ ਅੰਡਰ ਜਿਹੜਾ ਅੰਬੋਰ ਵੱਲੋਂ ਜਿਹੜੀ ਹੈ ਆਊਟ ਕੀਤੀ ਗਈ ਹੈ ਜੀ, ਠੀਕ ਹੈ ਜੀ। ਸੋ ਇਸ ਦੇ ਲਈ ਤੁਹਾਨੂੰ ਓਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਮੈਂ ਤੁਹਾਨੂੰ ਦੇ ਦਾਂਗਾ ਉਹ ਵੀ ਤੁਸੀਂ ਡਾਊਨਲੋਡ ਕਰ ਪਾਓਗੇ, ਲਿੰਕ ਵੀ ਦੇ ਦਾਂਗਾ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਆਪਣੇ ਦੋਸਤਾਂ ਦੇ ਨਾਲ। ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਦੇ ਲਈ।